ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਤੁਹਾਡੇ ਸਭ ਦੇ? ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ ਤੇ ਅੱਲਾਹ ਤਾਲਾ ਤੁਹਾਡੇ ਲਈ ਆਸਾਨੀਆਂ ਕਰੇ ਤੇ ਆਸਾਨੀਆਂ ਵੰਡਣ ਦੀ ਤੌਫੀਕ ਦੇ। ਕਿ ਅੱਜ ਮੈਂ ਰੋਲ ਬਣਾਏ ਸੀਗੇ ਤੇ ਮੈਂ ਉਹਨਾਂ ਦੀ ਰੈਸਿਪੀ ਜਿਹੜੀ ਹੈ ਨਾ ਤੁਹਾਡੇ ਨਾਲ ਸ਼ੇਅਰ ਕਰਾਂਗੀ। ਤੇ ਇਹ ਰੋਲ ਜਿਹੜੇ ਨਾ ਮੈਂ ਵੈਜੀਟੇਬਲ ਵਾਲੇ ਰੋਲ ਬਣਾਏ ਸੀਗੇ ਤੇ ਉਹਦੀ ਰੈਸਿਪੀ ਜਿਹੜੀ ਹੈ ਨਾ ਮੈਂ ਤੁਹਾਨੂੰ ਸ਼ੇਅਰ ਕਰਾਂਗੀ। ਇਨਸ਼ਾਅੱਲਾ ਤਾਲਾ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਮੇਰੀ ਵੀਡੀਓ ਨੂੰ ਤੁਸੀਂ ਨਾ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਮੈਂ ਕਿਸ ਤਰੀਕੇ ਦੇ ਨਾਲ ਇਹਨਾਂ ਰੋਲਾਂ ਦੀ ਪੱਟੀ ਬਣਾਈ ਸੀ। ਘਰ ਹੀ ਇਹਦੀਆਂ ਦੀ ਮੈਂ ਪੱਟੀ ਬਣਾਈ ਆ ਔਰ ਫਰੈਸ਼ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ, ਕਿਉਂਕਿ ਬਾਜ਼ਾਰ ਦੀਆਂ ਤਾਂ ਕੋਈ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦੀਆਂ ਹੈਗੀਆਂ ਆ, ਤੇ ਇਹ ਮੈਂ ਘਰ ਹੀ ਪੱਟੀ ਬਣਾਈ ਸੀ ਔਰ ਘਰ ਹੀ ਇਹਦੀ ਫਿਲਿੰਗ ਬਣਾ ਕੇ ਤੇ ਇਹ ਜਿਹੜੇ ਰੋਲ ਆ ਇਹ ਮੈਂ ਤਿਆਰ ਕੀਤੇ ਸੀਗੇ। ਤੇ ਤੁਸੀਂ ਜਿਹੜਾ ਨਾ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਤੇ ਵੈਲਕਮ ਤੁਹਾਨੂੰ ਸਭ ਨੂੰ ਮੇਰੇ ਚੈਨਲ ਮਿਰਚੀ ਟੇਸਟ ਆਫ ਫੂਡ ਦੇ ਵਿੱਚ। ਤੇ ਹੁਣ ਇਹਨੂੰ ਅਸੀਂ ਬਣਾਉਣਾ ਸਟਾਰਟ ਕਰਦੇ ਹਾਂ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਸਭ ਤੋਂ ਪਹਿਲਾਂ ਮੈਂ ਇੱਕ ਬਾਊਲ ਦੇ ਵਿੱਚ ਜਿਹੜਾ ਨਾ 2 ਕੱਪ ਮੈਦੇ ਦੇ ਲੈ ਕੇ ਔਰ ਉਹਦੇ ਅੰਦਰ ਜਿਹੜਾ ਨਾ ਮੈਂ ਸਪਾਈਸੀ ਸ਼ਾਮਿਲ ਕਰੂੰਗੀ ਤੇ ਮੈਂ ਨਮਕ 1 ਖਾਣੇ ਦਾ ਚਮਚ ਔਰ 1 ਖਾਣੇ ਦਾ ਚਮਚ ਜਿਹੜਾ ਸੀ ਨਾ ਇਹਦੇ ਵਿੱਚ ਜ਼ੀਰਾ ਡਾਲਿਆ ਸੀ ਸਾਬਤ, ਤੇ ਹਾਫ ਜਿਹੜਾ ਨਾ ਟੀਸਪੂਨ ਇਹਦੇ ਵਿੱਚ ਮੈਂ ਡਾਲਿਆ ਸੀਗਾ ਬੇਕਿੰਗ ਸੋਡਾ। ਬਾਅਦ ਜਿਹੜਾ ਨਾ ਮੈਂ 2 ਤੋਂ 3 ਖਾਣੇ ਦੇ ਚਮਚ ਘੇ ਸੀਗਾ, ਤੇ ਆਮ ਘੇ ਜਿਹੜਾ ਅਸੀਂ ਸਾਲਣਾ ਦੇ ਵਿੱਚ ਯੂਜ਼ ਕਰੀਦਾ ਆ, ਤੁਸੀਂ ਘਰ ਖਾਣਾ ਵਗੈਰਾ ਬਣਾਉਂਦੇ ਹੋ ਤੇ ਉਹ ਵੀ ਡਾਲ ਸਕਦੇ, ਦੇਸੀ ਘੇ ਵੀ ਡਾਲ ਸਕਦੇ, ਲੇਕਿਨ ਇਹ ਘੇ ਮੈਂ ਡਾਲ ਕੇ ਤੇ ਇਹਨੂੰ ਮਿਕਸ ਕਰ ਲਾਂਗੇ ਔਰ ਉਸ ਤੋਂ ਬਾਅਦ ਮੈਂ ਨੀਮ ਗਰਮ ਪਾਣੀ ਦੇ ਨਾਲ ਇਹਨੂੰ ਜਿਹੜਾ ਨਾ ਘੋਲਣਾ ਆ ਆਟੇ ਨੂੰ, ਤੇ ਇਸ ਤਰੀਕੇ ਨਾਲ ਤੁਸੀਂ ਮਿਕਸ ਕਰਕੇ ਤੇ ਥੋੜ੍ਹਾ ਥੋੜ੍ਹਾ ਪਾਣੀ ਡਾਲ ਕੇ, ਤੇ ਜ਼ਿਆਦਾ ਪਾਣੀ ਨਹੀਂ ਇਹਦੇ ਵਿੱਚ ਡਾਲਣਾ ਕਿਉਂਕਿ ਆਟਾ ਜ਼ਿਆਦਾ ਨਰਮ ਹੋ ਜਾਣਾ ਅਗਰ ਅਸੀਂ ਜ਼ਿਆਦਾ ਪਾਣੀ ਡਾਲਾਂਗੇ। ਤੇ ਇਸ ਤਰੀਕੇ ਦੇ ਨਾਲ ਥੋੜ੍ਹਾ ਥੋੜ੍ਹਾ ਪਾਣੀ ਡਾਲਣਾ ਤੇ ਜਿੰਨੀ ਕੁ ਜ਼ਰੂਰਤ ਹੋਵੇ ਨਾ ਓਨਾ ਕੁ ਤੁਸੀਂ ਪਾਣੀ ਡਾਲਣਾ ਆ ਡਾਲ ਕੇ, ਤੇ ਇਹਨੂੰ ਅਸੀਂ ਅੱਛੀ ਤਰ੍ਹਾਂ ਆਟੇ ਨੂੰ ਗੁੰਨ ਲਾਂਗੇ। ਤੇ ਗੁੰਨਣ ਤੋਂ ਬਾਅਦ ਇਹਨੂੰ ਮੈਂ ਥੋੜ੍ਹੀ ਦੇਰ ਜਿਹੜਾ ਨਾ ਰੈਸਟ 'ਤੇ ਰੱਖਣਾ ਆ ਤਾਂ ਕਿ ਆਟਾ ਜਿਹੜਾ ਨਾ ਅੱਛੀ ਤਰ੍ਹਾਂ ਸਾਡਾ ਤਿਆਰ ਹੋ ਜਾਏ। ਔਰ ਇਹਨੂੰ ਜਿਸ ਤਰੀਕੇ ਦੇ ਨਾਲ ਅਸੀਂ ਆਮ ਦੂਸਰਾ ਆਟਾ ਗੁੰਨੀਦਾ ਤਾਂ ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਗੁੰਨ ਲੈਣਾ ਤਾਂ ਕਿ ਇਹਦੇ ਵਿੱਚ ਅਗਰ ਕੋਈ ਗੁਟਲੀਆਂ ਬਣੀਆਂ ਤੇ ਜਿਹੜੀਆਂ ਨਾ ਉਹ ਵੀ ਖਤਮ ਹੋ ਜਾਣ, ਤੇ ਇਹਨੂੰ ਅੱਛੀ ਤਰ੍ਹਾਂ ਮਲ ਕੇ ਤੇ ਨਰਮ ਕਰਕੇ ਤੇ ਇਹਨੂੰ ਫਿਰ ਜਿਹੜਾ ਨਾ ਮੈਂ ਥੋੜ੍ਹੀ ਦੇਰ ਲਈ ਰੂਮ ਟੈਂਪਰੇਚਰ ਦੇ ਉੱਤੇ ਰੈਸਟ 'ਤੇ ਰੱਖ ਦਊਂਗੀ ਤੇ ਉਤਨੀ ਦੇਰ ਜਿਹੜਾ ਨਾ ਮੈਂ ਇਹਦੀ ਫਿਲਿੰਗ ਤਿਆਰ ਕਰੂੰਗੀ। ਤੇ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਆਈਆਂ ਨਾ ਮੇਰੇ ਚੈਨਲ 'ਤੇ ਪਹਿਲੀ ਦਫ਼ਾ, ਤੇ ਉਹ ਇਹਨੂੰ ਭੈਣ ਭਰਾ ਮੇਰੇ, ਤੇ ਉਹ ਇਹਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਬੈੱਲ ਆਈਕਾਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਈਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲਣ। ਔਰ ਇਹਦੀ ਫਿਲਿੰਗ ਤਿਆਰ ਕਰਨ ਲਈ ਜਿਹੜਾ ਨਾ ਮੈਂ ਇੱਕ ਪੈਨ ਦੇ ਵਿੱਚ ਆਇਲ ਲਿਆ ਸੀ 2 ਖਾਣੇ ਚਮਚ, ਉਹਦੇ ਵਿੱਚ 1 ਪਿਆਜ਼ ਡਾਲ ਕੇ ਜਿੰਜਰ ਗਾਰਲਿਕ ਦਾ ਪੇਸਟ ਤੇ ਡਾਲ ਕੇ ਤੇ ਉਹਨੂੰ ਮੈਂ ਹਲਕਾ ਜਿਹਾ ਬਰਾਊਨ ਕਰ ਲਿਆ ਸੀ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਨਾ ਮੈਂ ਸ਼ਿਮਲਾ ਮਿਰਚ ਡਾਲੀ ਸੀਗੀ, ਤੇ ਸ਼ਿਮਲਾ ਮਿਰਚ ਡਾਲਣ ਤੋਂ ਬਾਅਦ ਜਦੋਂ ਇਹ ਥੋੜ੍ਹੀ ਸੌਤੇ ਜਿਹੀ ਹੋ ਗਈ ਤੇ ਮੈਂ ਵਿੱਚ ਇਹਦੇ ਨਾ 1 ਅਦਦ ਗਾਜਰ ਡਾਲ ਦਿੱਤੀ ਸੀਗੀ ਔਰ ਗਾਜਰ ਤੋਂ ਬਾਅਦ ਇਹਦੇ ਵਿੱਚ ਜਿਹੜਾ ਨਾ ਮੈਂ ਸਪਾਈਸੀ ਸ਼ਾਮਿਲ ਕਰੂੰਗੀ ਤੇ 1 ਖਾਣੇ ਦਾ ਚਮਚ ਕਾਲੀ ਮਿਰਚ ਪਾਊਡਰ ਸੀਗਾ ਔਰ 1 ਖਾਣੇ ਦਾ ਚਮਚ ਜਿਹੜਾ ਨਮਕ ਸੀ ਔਰ 1/2 ਖਾਣੇ ਦਾ ਚਮਚ ਇਹਦੇ ਵਿੱਚ ਮੈਂ 1/2 ਕੁੱਟੀ ਮਿਰਚ ਜਿਹੜੀ ਸੀ ਉਹ ਸ਼ਾਮਿਲ ਕੀਤੀ ਸੀ। ਤੇ ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਜਦੋਂ ਇਹ ਬਰਾਊਨ ਹੋ ਜਾਏਗਾ ਤੇ ਇਹਦੇ ਵਿੱਚ ਜਿਹੜਾ ਨਾ ਮੈਂ ਸੋਇਆ ਸੌਸ ਵਗੈਰਾ ਇਹਦੇ ਵਿੱਚ ਡਾਲ ਕੇ ਤੇ ਇਹਨੂੰ ਜਿਹੜਾ ਨਾ ਮੈਂ ਇਹਦੇ ਵਿੱਚ ਬੰਦ ਗੋਭੀ ਡਾਲ ਦਊਂਗੀ ਤੇ ਬੰਦ ਗੋਭੀ ਜਿਹੜਾ 1/2 ਕੱਪ ਮੈਂ ਬੰਦ ਗੋਭੀ ਸੀਗੀ ਤੇ ਉਹ ਕੱਟ ਕੇ ਤੇ ਮੈਂ ਉਹ ਵੀ ਇਹਦੇ ਵਿੱਚ ਸ਼ਾਮਿਲ ਕੀਤੀ ਕਿਉਂਕਿ ਇਹ ਵੈਜੀਟੇਬਲ ਰੋਲ ਮੈਂ ਤਿਆਰ ਕਰ ਰਹੀ ਹਾਂ। ਤੇ ਨਾਲ ਜਿਹੜਾ ਨਾ ਮੈਂ ਇਹਦੇ ਵਿੱਚ ਬੋਇਲ ਕੀਤੀ ਹੋਈ ਮੈਕਰੋਨੀ ਸ਼ਾਮਿਲ ਕਰ ਦਾਂਗੀ ਨਾ ਔਰ ਆਲੂ ਔਰ ਮਟਰ ਵੀ ਜਿਹੜੇ ਨਾ ਉਹ ਵੀ ਮੈਂ ਬੋਇਲ ਕਰਕੇ ਰੱਖੇ ਹੋਏ ਆ ਤੇ ਮੈਂ ਉਹ ਵੀ ਇਹਦੇ ਵਿੱਚ ਸ਼ਾਮਿਲ ਕਰਾਂਗੀ। ਤੁਸੀਂ ਦੇਖ ਸਕਦੇ ਹੋ ਕਿ ਮੈਕਰੋਨੀ ਨੂੰ ਜਿਹੜਾ ਨਾ ਮੈਂ ਨਮਕ ਔਰ ਆਇਲ ਡਾਲ ਕੇ ਤੇ ਬੋਇਲ ਕਰ ਲਿਆ ਸੀਗਾ ਕਰਕੇ ਤੇ ਉਹ ਜਿਹੜੀ ਆ ਨਾ ਮੈਂ ਇਹਦੇ ਵਿੱਚ ਹੁਣ ਸ਼ਾਮਿਲ ਕਰਾਂਗੀ। ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਜਿਹੜੇ ਨਾ ਆਲੂ ਔਰ ਮਟਰ ਜਿਹੜੇ ਸੀਗੇ ਉਹ ਵੀ ਮੈਂ ਬੋਇਲ ਕਰਕੇ ਰੱਖੇ ਹੋਏ ਸੀ ਨਮਕ ਡਾਲ ਕੇ ਤੇ ਮੈਂ ਉਹ ਇਹਦੇ ਵਿੱਚ ਸ਼ਾਮਿਲ ਕਰ ਦਾਂਗੀ।
ਔਰ ਇਹਨਾਂ ਨੂੰ ਮੈਂ ਮਿਕਸ ਕਰਕੇ ਅੱਛੀ ਤਰੀਕੇ ਦੇ ਨਾਲ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕਰਾਂਗੀ ਕਿਉਂਕਿ ਉਬਲੇ ਹੋਏ ਤਾਂ ਹੈਗੇ ਆ ਅਤੇ ਇਹਨਾਂ ਮੈਂ ਥੋੜ੍ਹਾ ਜਿਹਾ ਹੀ ਸਿਰਫ ਪਕਾਉਣਾ ਆ। ਔਰ ਉਸ ਤੋਂ ਬਾਅਦ ਜਿਹੜਾ ਨਾ ਮੈਂ ਮੈਦਾ ਗੁੰਨ ਕੇ ਰੱਖਿਆ ਸੀ ਅਤੇ ਉਹ ਸਾਡਾ ਤਿਆਰ ਹੋ ਗਿਆ ਆ ਅਤੇ ਮੈਂ ਉਹਦੀਆਂ ਹੁਣ ਜਿਹੜਾ ਨਾ ਸਮੋਸਾ ਦੀਆਂ ਪੱਟੀਆਂ ਕੱਟ ਲਾਂਗੀ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਨੂੰ ਗੋਲ ਵੇਲ ਲੈਣਾ ਆ ਰੋਟੀ ਤਰ੍ਹਾਂ ਔਰ ਫਿਰ ਇਹਨੂੰ ਜਿਹੜਾ ਨਾ ਅਸੀਂ ਚੌਰਸ ਕਰ ਲਾਂਗੇ ਅਤੇ ਇਹਨੂੰ ਚੌਰਸ ਤੁਸੀਂ ਜਿਹੜਾ ਨਾ ਇਹਨੂੰ ਪੱਟੀਆਂ ਨੂੰ ਕੱਟਣਾ ਆ ਕੱਟ ਕੇ ਫਿਰ ਇਸ ਤੋਂ ਬਾਅਦ ਅਸੀਂ ਜਿਹੜਾ ਨਾ ਇਹਦੀ ਫਿਲਿੰਗ ਕਰਕੇ ਅਤੇ ਇਹਦੇ ਰੋਲ ਅਸੀਂ ਬਣਾਵਾਂਗੇ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਨਾ ਫੋਲਡ ਕਰਕੇ ਅਤੇ ਇਹਦਾ ਰੋਲ ਬਣਾ ਲੈਣਾ। ਇਹ ਬਹੁਤ ਹੀ ਆਸਾਨ ਆ ਔਰ ਜਲਦੀ ਨਾਲ ਹੀ ਤਿਆਰ ਹੋ ਜਾਂਦੇ ਆ। ਵੈਸੇ ਰੋਲ ਪੱਟੀਆਂ ਬਾਜ਼ਾਰ ਦੀਆਂ ਬਣੀਆਂ ਹੋਈਆਂ ਵੀ ਮਿਲਦੀਆਂ ਆ ਅਤੇ ਉਹ ਵੀ ਤੁਸੀਂ ਲਿਆ ਕੇ ਬਣਾ ਸਕਦੇ ਆ, ਲੇਕਿਨ ਇਹ ਮੈਂ ਘਰ ਹੀ ਪੱਟੀਆਂ ਤਿਆਰ ਕੀਤੀਆਂ ਸੀ। ਔਰ ਉਸ ਤੋਂ ਬਾਅਦ ਮੈਂ ਓਇਲ ਨੂੰ ਜਿਹੜਾ ਨਾ ਪਹਿਲੇ ਹੀ ਹਾਫ ਲੀਟਰ ਓਇਲ ਡਾਲ ਕੇ ਕਰ ਲਿਆ ਸੀ, ਹਲਕਾ ਜਿਹਾ ਮੈਂ ਗਰਮ ਕੀਤਾ ਸੀਗਾ ਲੋ ਫਲੇਮ ਦੇ ਉੱਤੇ ਅਤੇ ਉਹਦੇ ਵਿੱਚ ਹੁਣ ਜਿਹੜੇ ਨੇ ਮੈਂ ਰੋਲ ਡਾਲ ਦਊਂਗੀ ਫਰਾਈ ਕਰਨ ਲਈ। ਅਤੇ ਜਿਸ ਪਾਸੇ ਤੁਸੀਂ ਬੰਦ ਕੀਤਾ ਹੋਇਆ ਨਾ ਉਹ ਤੁਸੀਂ ਪਹਿਲੇ ਡਾਲਣਾ ਫਰਾਈ ਕਰਨ ਲਈ ਅਤੇ ਫਿਰ ਉਹਨੂੰ ਪਲਟ ਕੇ ਅਤੇ ਦੂਸਰੀ ਸਾਈਡ 'ਤੇ ਕਰਨਾ। ਤਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਲਾਈਟ ਜਿਹਾ ਬਰਾਊਨ ਕਲਰ ਆਇਆ ਅਤੇ ਇਹਨੂੰ ਹੁਣ ਮੈਂ ਉਤਾਰ ਲਾਂਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ ਕਿ ਇਹ ਕਿਸ ਤਰ੍ਹਾਂ ਦੇ ਲੱਗ ਰਹੇ ਸੀਗੇ ਅਤੇ ਮੇਰੇ ਘਰ ਵਾਲਿਆਂ ਨੂੰ ਫੈਮਿਲੀ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਈ ਅਤੇ ਉਮੀਦ ਕਰਦੀ ਕਿ ਤੁਹਾਨੂੰ ਵੀ ਪਸੰਦ ਆਉਣਗੇ। ਤੁਹਾਨੂੰ ਮੈਂ ਇੱਕ ਤੋੜ ਕੇ ਦਿਖਾਉਂਦੀ ਹਾਂ ਕਿ ਇਹਦੇ ਵਿੱਚ ਫਿਲਿੰਗ ਜਿਹੜੀ ਆ ਨਾ ਉਹ ਕਿੰਨੀ ਅੱਛੀ ਲੱਗ ਰਹੀ ਆ ਅਤੇ ਦੇਖੋ ਕਿੰਨੇ ਕ੍ਰਿਸਪੀ ਔਰ ਮਜ਼ੇ ਦੇ ਬਣੇ ਆ ਔਰ ਫਿਲਿੰਗ ਕਿੰਨੀ ਅੱਛੀ ਇਹਦੇ ਵਿੱਚ ਲੱਗ ਰਹੀ ਆ ਅਤੇ ਉਮੀਦ ਕਰਦੀ ਕਿ ਤੁਹਾਨੂੰ ਪਸੰਦ ਆਉਣਗੇ ਅਤੇ ਤੁਸੀਂ ਜਿਹੜਾ ਨਾ ਮੇਰੇ ਕਮੈਂਟ ਬੋਕਸ ਵਿੱਚ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ। ਅਤੇ ਹੁਣ ਤੁਸੀਂ ਦਿਓ ਮੈਨੂੰ ਇਜਾਜ਼ਤ, ਇਨਸ਼ਾਅੱਲਾ ਤਾਲਾ ਮੈਂ ਆਪਣੀ ਨੈਕਸਟ ਵੀਡੀਓ ਦੇ ਨਾਲ ਫਿਰ ਤੁਹਾਡੀ ਖਿਦਮਤ ਜਲਦੀ ਹਾਜ਼ਰ ਹੋਊਂਗੀ। ਮੇਰੇ ਅੱਲਾਹ ਹਾਫਿਜ਼।